ਸਾਤਰੀਕਾਲ ਦੋਸਤੋ ਸਵਾਗਤ ਹੈ ਜੀ ਇੱਕ ਵਾਰ ਫਿਰ ਤੁਹਾਡੇ ਆਪਣੇ YouTube ਚੈਨਲ PSAT Study Notes ਦੇ ਉੱਪਰ ਜੀ PSAT 1 اور 2 دی پریਪਰੇਸ਼ਨ ਕਰ ਰਹੇ ਵਿਦਿਆਰਥੀਆਂ ਦੇ ਲਈ ਅਸੀਂ ਜਿਹੜੀ ਰਿਵੀਜ਼ਨ ਹੈ ਚਾਈਲਡ ਡਿਵੈਲਪਮੈਂਟ ਦੀ CDPE ਦੀ سٹਾਰਟ ਕਰਨ ਜਾ ਰਹੇ ਹਾਂ ਜਿਸ ਦੇ ਵਿੱਚ ਅੱਜ ਆਪਾਂ ਬਾਲ ਵਿਕਾਸ ਦੀਆਂ ਜਿਹੜੀਆਂ ਵੱਖ-ਵੱਖ ਅਵਸਥਾਵਾਂ ਜਿਹਨੇ ਜੀ ਡਿਵੈਲਪਮੈਂਟ ਦੇ ਨਾਲ ਰਿਲੇਟਡ ਜਿਹੜੇ ਇੰਪੋਰਟੈਂਟ 30 ਕੁਐਸਚਨ ਕਰਾਂਗੇ ਕਿਉਂਕਿ ਇਸ ਟੌਪਿਕ ਦੇ ਵਿੱਚੋਂ ਹਰ ਵਾਰ ਤਿੰਨ ਚਾਰ ਜਿਹੜੇ ਕੁਐਸਚਨ ਨੇ ਉਹ ਵਿਕਾਸ ਦੀਆਂ ਵੱਖ-ਵੱਖ ਅਵਸਥਾਵਾਂ ਦੇ ਨਾਲ ਸੰਬੰਧਿਤ ਆਉਂਦੇ ਨੇ ਜੀ ਸੋ 30 ਇੰਪੋਰਟੈਂਟ ਕੁਐਸਚਨ ਡਿਸਕਸ ਕਰਾਂਗੇ ਸੋ ਲਾਈਵ ਕਲਾਸ ਦੇ ਵਿੱਚ ਕੁਝ ਕੁਐਸਚਨ ਇਸ ਦੇ ਵਿੱਚੋਂ ਡਿਸਕਸ ਕੀਤੇ ਸੀ ਪਰ ਲਾਈਵ ਜਿਹੜੀ ਡਿਸਕਨੈਕਟ ਹੋਣ ਕਾਰਨ ਕਲਾਸ ਦੇ ਵਿੱਚ ਆਪਣੇ ਕੁਐਸਚਨ ਪੂਰੇ ਵੀ ਨਹੀਂ ਸੀ ਹੋਏ ਔਰ ਕਾਫੀ ਜ਼ਿਆਦਾ ਵਿੱਚੋਂ ਜਿਹੜੇ ਕੁਐਸਚਨ ਨੇ ਉਹ ਮਿਸ ਹੋ ਗਏ ਸੀ ਜੀ ਸੋ ਇਸ ਦੇ ਵਿੱਚ ਬਹੁਤ ਹੀ ਇੰਪੋਰਟੈਂਟ ਕੁਐਸਚਨ ਨੇ ਜੀ ਜਿਸ ਦੇ ਵਿੱਚ ਆਪਾਂ ਸ਼ਿਸ਼ੂ ਕਾਲ ਬਚਪਨ ਕਾਲ ਕਿਸ਼ੋਰ ਅਵਸਥਾ ਤੇ ਬਾਲਗ ਅਵਸਥਾ ਦੇ ਨਾਲ ਮੋਟੋਰਡ ਕੁਐਸਚਨ ਕਰਾਂਗੇ ਜਿਹੜੇ ਵਿਦਿਆਰਥੀ ਨਵੇਂ ਨੇ 77 ਪ੍ਰੈਕਟਿਸ ਸੈਟ ਅਪਲੋਡ ਕੀਤੇ ਨੇ ਜੀ ਜਿਸ ਦੇ ਵਿੱਚ ਲਗਭਗ 1200 ਪਲੱਸ ਜਿਹੜਾ ਕੁਐਸਚਨ ਹੈ ਉਹ ਡਿਸਕਸ ਕਰਕੇ ਅਪਲੋਡ ਕੀਤਾ ਹੈ ਔਰ ਇੱਕ ਇੱਕ ਟੌਪਿਕ ਦੀਆਂ ਵੀਡੀਓ ਵੀ ਚਾਈਲਡ ਡਿਵੈਲਪਮੈਂਟ ਦੀਆਂ ਬਾਲ ਵਿਕਾਸ ਦੀਆਂ ਅਪਲੋਡ ਨੇ ਜਿਨ੍ਹਾਂ ਦੀ ਹੈਲਪ ਦੇ ਨਾਲ ਤੁਸੀਂ ਆਪਣੀ ਪੀਐਸਟੈਟ ਦੀ ਪ੍ਰੈਪਰੇਸ਼ਨ ਕਰ ਸਕਦੇ ਹੋ ਜੀ ਚਾਈਲਡ ਡਿਵੈਲਪਮੈਂਟ ਤੋਂ ਇਲਾਵਾ ਤੁਹਾਨੂੰ ਐਸਐਸਟੀ ਦੀਆਂ ਵੀਡੀਓ ਵੀ ਸਵਿਖਸ ਜੀਓਗ੍ਰਾਫੀ ਹਿਸਟਰੀ ਦੀਆਂ ਔਰ ਪੰਜਾਬੀ ਪੈਡਾਗੋਜੀ ਔਰ ਪੰਜਾਬੀ ਵਿਆਕਰਨ ਦੀਆਂ ਵੀ ਪੂਰੀਆਂ ਕੰਪਲੀਟ ਵੀਡੀਓ ਮਿਲ ਜਾਣਗੀਆਂ ਜੀ ਜੋ ਕਿ ਪੂਰਾ ਸਿਲੇਬਸ ਕਵਰ ਕਰਦੀਆਂ ਨੇ ਔਰ ਸਾਰਾ ਸਿਲੇਬਸ ਇੱਕ ਵਾਰੀ ਇਸੀ ਜਿਹੜਾ ਡਿਸਕਸ ਕਰ ਚੁੱਕੇ ਆ ਸੋ ਸਟਾਰਟ ਜਿਹੜਾ ਕਰਦੇ ਆ ਜੀ ਰਿਵੀਜ਼ਨ ਪਾਰਟ 1 ਦੇ ਵਿੱਚ ਫਰਸਟ ਕੁਐਸਚਨ ਹੈ ਜੀ ਬੱਚਾ 4-5 ਸਾਲ ਦੀ ਉਮਰ ਵਿੱਚ ਉਹ ਕੁਝ ਬਣ ਜਾਂਦਾ ਹੈ ਜੋ ਉਸਨੇ ਪਵਿੱਖਿਤ ਜੀਵਨ ਵਿੱਚ ਬੰਨਾ ਹੁੰਦਾ ਹੈ ਕਥਨ ਹੈ ਐਡਲਰ ਕਾਲਜੂਮ ਥਾਰਨਡਾਈਕ ਜਾਂ ਫਰਾਇਡ ਜੀ ਤਾਂ ਇਸ ਦਾ ਸਹੀ ਆਨਸਰ ਆਏਗਾ ਆਪਸ਼ਨ ਡੀ ਜੀ ਫਰਾਇਡ ਦਾ ਕਿਆ ਹੋਇਆ ਕਥਨ ਹੈ ਜੀ ਫਰਾਇਡ ਦੇ ਅਨੁਸਾਰ ਬੱਚਾ ਜੋ ਕੁਝ ਵੀ ਬੰਨਣਾ ਹੈ ਉਸਨੇ ਫਰਸਟ 4-5 ਸਾਲ ਦੇ ਵਿੱਚ ਬਣ ਜਾਣਾ ਔਰ ਐਡਲਰ ਜਿਹੜਾ ਉਹ ਵੀ ਇਸ ਦੀ ਜਿਹੜੀ ਗਵਾਹੀ ਭਰਦਾ ਹੈ ਐਡਰਨ ਦੇ ਅਨੁਸਾਰ ਜੇਕਰ ਗੱਲ ਕਰੀਏ ਤਾਂ ਸ਼ਿਸ਼ੂ ਕਾਲ ਜਿਹੜਾ ਜੀਵਨ ਢੰਗ ਦਾ ਜੀਵਨ ਢੰਗ ਦੇ ਲਈ ਤਿਆਰ ਕਰਦਾ ਹੈ ਔਰ ਇਹ ਬੱਚੇ ਦੇ ਸਮੁੱਚੇ ਪ੍ਰੋਗਰਾਮ ਦੀ ਨੀਂਹ ਰੱਖਦਾ ਹੈ ਨੈਕਸਟ ਹੈ ਜੀ ਕੁਐਸਚਨ ਨੰਬਰ ਆਪਣਾ 2 ਸ਼ਿਸ਼ੂ ਕਾਲ ਜਿਹੜਾ ਕਿ 0 ਤੋਂ 5 ਸਾਲ ਹੈ ਨੂੰ ਅਪੀਲੀ ਕਾਲ ਕਹੌਣ ਕਹਿੰਦੇ ਸੋ ਸ਼ਿਸ਼ੂ ਕਾਲ ਨੂੰ ਅਪੀਲੀ ਕਾਲ ਵੀ ਜਾਂ ਦੂਜਿਆ ਤੇ ਨਿਰਪਰਤਾ ਦਾ ਕਾਲ ਵੀ ਕਿਹਾ ਜਾਂਦਾ ਹੈ ਜਾਂ ਇਹ ਵੀ ਪੁੱਛਿਆ ਜਾ ਸਕਦਾ ਹੈ ਕਿ ਕਿਸ ਕਾਲ ਦੇ ਵਿੱਚ ਬੱਚਾ ਜਿਹੜਾ ਦੂਜਿਆਂ ਤੇ ਨਿਰਭਰ ਹੁੰਦਾ ਹੈ ਤਾਂ ਸ਼ਿਸ਼ੂ ਕਾਲ ਦੇ ਵਿੱਚ ਹੁੰਦਾ ਹੈ ਜੀ ਤਾਂ ਇਹ ਪੀਲੀ ਕਾਲ ਕਿਹਾ ਕਿਸ ਨੇ ਹੈ ਸਕੀਨਰ ਐਡਲਰ ਹਰਲਾਖ ਜਾਂ ਜੁੰਗ ਤਾਂ ਸਹੀ ਅਨਸਰ ਹੈ ਜੀ অপਸ਼ਨ ਸੀ ਜੀ ਡਾਕਟਰ ਹਰਲਾਖ ਨੇ ਇਹ ਗੱਲ ਕਹੀ ਸੀ ਕਿ ਜਿਹੜਾ ਸ਼ਿਸ਼ੂ ਕਾਲ ਹੈ ਉਹ ਅਪੀਲੀ ਕਾਲ ਹੈ ਕਿਉਂਕਿ ਇਸ ਦੇ ਵਿੱਚ ਬੱਚਾ ਲਾਚਾਰ ਹੁੰਦਾ ਹੈ ਦੂਜਿਆਂ ਦੇ ਸਾਹਮਣੇ ਅਪੀਲ ਕਰਦਾ ਹੈ ਤੇ ਬਹੁਤ ਸਾਰੇ ਬਾਲਗਾਂ ਤੇ ਖਾਸ ਤੌਰ ਤੇ ਜਿਹੜਾ ਹੈ ਕਵੀਆਂ ਤੇ ਕਲਾਕਾਰਾਂ ਨੂੰ ਪ੍ਰਸੰਨ ਵੀ ਕਰਦਾ ਔਰ ਹਰਲਾਖ ਨੇ ਜਿਹੜਾ ਸ਼ਿਸ਼ੂ ਕਾਲ ਨੂੰ ਇੱਕ ਹੋਰ ਇੰਪੋਰਟੈਂਟ ਕਿਹਾ ਸੀ ਇਹ ਜਿਹੜਾ ਬਹੁਤ ਖਤਰਨਾਕ ਕਾਲ ਹੈ ਜੀ ਡੇਂਜਰਸ ਏਜ ਵੀ ਇਸ ਨੂੰ ਦੱਸਦੀ ਹੈ ਹਰ ਲਾਗ ਕਿਉਂਕਿ ਇਸ ਏਜ ਦੇ ਵਿੱਚ ਬਹੁਤ ਸਾਰੇ ਬੱਚਿਆਂ ਦੀ ਜਿਹੜੀ ਡੈਥ ਹੈ ਉਹ ਹੋ ਜਾਂਦੀ ਹੈ ਨੈਕਸਟ ਹੈ ਜੀ ਕੁਐਸਚਨ ਨੰਬਰ 3 ਕਿਹੜਾ ਕਾਲ ਕਦ ਅਤੇ ਭਾਰ ਦੇ ਤੀਬਰ ਵਾਧੇ ਦਾ ਕਾਲ ਹੈ অপਸ਼ਨ A ਹੈ ਜੀ ਸ਼ਿਸ਼ੂ ਕਾਲ অপਸ਼ਨ B ਹੈ ਜੀ ਬਚਪਨ ਕਾਲ অপਸ਼ਨ C ਹੈ ਜੀ ਕਿਸ਼ੋਰ ਅਵਸਥਾ অপਸ਼ਨ D ਹੈ ਜੀ ਬਾਲਗ ਅਵਸਥਾ ਇੱਕ ਤਾਂ ਆਪਾਂ ਇਹ ਚੀਜ਼ ਯਾਦ ਕਰ ਲੈਣੀ ਹੈ ਜੀ ਸ਼ਿਸ਼ੂ ਕਾਲ ਕਦੋਂ ਦਾ ਮੰਨਿਆ ਜਾਂਦਾ 0 ਤੋਂ 5 ਸਾਲ ਦਾ ਬਚਪਨ 5 ਤੋਂ 12 ਸਾਲ ਦਾ ਜਿਸ ਨੂੰ ਬਾਲਗ ਅਵਸਥਾ ਵੀ ਕਿਹਾ ਜਾਂਦਾ ਸੋਰੀ ਜਿਸ ਨੂੰ ਬਾਲ ਅਵਸਥਾ ਵੀ ਕਿਹਾ ਜਾਂਦਾ ਜੀ ਬਾਲਗ ਅਵਸਥਾ ਜਿਹੜੀ ਹੁੰਦੀ 17 ਤੋਂ 19 ਸਾਲ ਦੀ ਹੁੰਦੀ ਹੈ ਕਿਸ਼ੋਰ ਅਵਸਥਾ ਬਹੁਤ ਇੰਪੋਰਟੈਂਟ ਹੈ ਜੀ ਇਸ ਦੇ ਨਾਲ ਰਿਲੇਟਡ ਵੀ ਕੁਐਸਚਨ ਕਰਾਂਗੇ ਕਿਸ਼ੋਰ ਅਵਸਥਾ 12 ਤੋਂ 17 ਸਾਲ ਦੀ ਹੁੰਦੀ ਸੋ ਇਗਜ਼ਾਮ ਦੇ ਵਿੱਚ ਅਕਸਰ ਪੁੱਛਿਆ ਜਾਂਦਾ ਹੈ ਕਿ ਬਚਪਨ ਕਾਲ ਦਾ ਜਿਹੜੀ ਅਵਧੀ ਕਿਹੜੀ ਹੈ ਜਾਂ ਸਮਾਂ ਕਿਹੜਾ ਹੈ ਤਾਂ ਬਚਪਨ ਦੀ 5 ਤੋਂ 12 ਸਾਲ ਜਾਂ ਬਾਲ ਅਵਸਥਾ 12 ਤੋਂ 5 ਸਾਲ ਕਿਸ਼ੋਰ ਅਵਸਥਾ 12 ਤੋਂ ਸਤਾਰਾ ਬਹੁਤ ਇੰਪੋਰਟੈਂਟ ਨੇ ਦੋਨੋਂ ਹੀ ਸ਼ਿਸ਼ੂ ਬਸਤਾ 0 ਤੋਂ 5 ਇਹ ਚੀਜ਼ ਨੂੰ ਯਾਦ ਕਰਨਾ ਤਾਂ ਕੱਦ ਦੇ ਤਵਾਰ ਦਾ ਜਿਹੜਾ ਤੀਬਰ ਵਾਧਾ ਜੋ ਸ਼ਿਸ਼ੂ ਕਾਲ ਦੇ ਵਿੱਚ ਹੁੰਦਾ ਹੈ ਜੀ ਨੈਕਸਟ ਹੈ ਜੀ ਕੁਐਸਚਨ ਨੰਬਰ ਆਪਣਾ 4 ਹੈ ਜੀ ਨਵਜਾਤ ਸ਼ਿਸ਼ੂ ਦੀ ਔਸਤ ਲੰਬਾਈ ਹੁੰਦੀ ਹੈ 22 ਇੰਚ 21 ਇੰਚ ਜਾਂ 27 ਇੰਚ ਤਾਂ ਸਹੀ ਜਿਹੜਾ ਇਸ ਦਾ ਆਨਸਰ ਹੈ ਜੀ অপਸ਼ਨ ਸੀ ਹੈ ਜੀ 19 ਇੰਚ ਹੁੰਦੀ ਹੈ ਜੀ ਔਰ ਇਹ ਜਿਹੜੀ 17 ਤੋਂ 21 ਇੰਚ ਵੀ ਹੋ ਸਕਦੀ ਹੈ ਔਸਤ ਲੰਬਾਈ ਦੀ ਗੱਲ ਕੀਤੀ ਹੈ ਤਾਂ ਔਸਤ ਜਿਹੜੀ ਉਹ 19 ਇੰਚ ਹੁੰਦੀ ਹੈ ਜੀ ਨੈਕਸਟ ਹੈ ਜੀ ਅਗਲਾ ਕੁਐਸਚਨ ਆਪਣਾ 5 ਹੈ ਜੀ ਨਵਜਾਤ ਬੱਚੇ ਦਾ ਔਸਤ ਭਾਰ ਕਿੰਨਾ ਹੁੰਦਾ ਹੈ 6 ਪਾਉਂਡ 7 ਪਾਉਂਡ ਆਪਸ਼ਨ ਸੀ ਹੈ ਜੀ ਡੀ 8 ਪਾਉਂਡ ਜਾਂ 9 ਪਾਉਂਡ ਜੀ ਤਾਂ ਸਹੀ ਆਨਸਰ ਹੈ ਜੀ ਆਪਸ਼ਨ ਬੀ ਜੀ 7 ਪਾਉਂਡ ਜਿਹੜਾ ਐਵਰੇਜ ਔਸਤ ਜਿਹੜਾ ਬੱਚੇ ਦਾ ਭਾਰ ਉਹ ਹੁੰਦਾ ਹੈ ਔਰ ਇਹ ਜਿਹੜਾ ਹੈ 3 ਤੋਂ ਲੈ ਕੇ 16 ਪਾਉਂਡ ਤੱਕ ਹੋ ਸਕਦਾ ਜੇਕਰ ਕਿਲੋਆਂ ਦੀ ਗੱਲ ਕਰੀਏ 7 ਪਾਉਂਡ ਜਿਹੜਾ ਹੈ ਲਗਭਗ 3.17 kg ਦੇ ਬਰਾਬਰ ਹੁੰਦਾ ਹੈ। ਨੈਕਸਟ ਹੈ ਜੀ ਕੁਐਸਚਨ ਨੰਬਰ ਆਪਣਾ 6 ਜਨਮ ਸਮੇਂ ਬੱਚੇ ਦਾ ਕਿਹੜਾ ਅੰਗ ਸਭ ਤੋਂ ਵੱਡਾ ਨਜ਼ਰ ਆਉਂਦਾ ਹੈ? ਆਪਸ਼ਨ A ਹੈ ਜੀ ਧੜ, ਆਪਸ਼ਨ B ਹੈ ਜੀ ਸਿਰ, ਲੱਤਾਂ ਜਾਂ ਜਵਾੜੇ ਤਾਂ ਸਹੀ ਆਨਸਰ ਹੈ ਜੀ ਇਸ ਦਾ ਆਪਸ਼ਨ B। ਜਨਮ ਸਮੇਂ ਜਿਹੜਾ ਸਿਰ ਹੈ ਉਹ ਸਭ ਤੋਂ ਵੱਡਾ ਮਲੂਮ ਹੁੰਦਾ ਔਰ ਹੌਲੀ-ਹੌਲੀ ਜਿਹੜੇ ਬਾਕੀ ਅੰਗ ਨੇ ਉਹ ਲੰਬੇ ਹੋਣੇ ਜਾਂ ਵੱਡੇ ਹੋਣੇ ਸ਼ੁਰੂ ਹੋ ਜਾਂਦੇ ਨੇ ਜਿਵੇਂ ਲੱਤਾਂ, ਧੜ ਆਦਿ ਔਰ ਸਿਰ ਜਿਹੜਾ ਫਿਰ ਛੋਟਾ ਮਲੂਮ ਹੋਣਾ ਸ਼ੁਰੂ ਹੋ ਜਾਂਦਾ ਹੈ। ਨੈਕਸਟ ਹੈ ਜੀ ਕੁਐਸਚਨ ਨੰਬਰ ਆਪਣਾ 7 ਹੈ ਜੀ ਸਧਾਰਨ ਤੌਰ ਤੇ ਬੱਚੇ ਦਾ ਪਹਿਲਾ ਦੰਦ ਕਿਸ ਉਮਰ ਦੇ ਵਿੱਚ ਨਿਕਲਦਾ ਹੈ ਜੀ 3 ਮਹੀਨੇ 5 ਮਹੀਨੇ 6 ਮਹੀਨੇ ਜਾਂ ਆਪਸ਼ਨ ਡੀ ਹੈ ਜੀ 9 ਮਹੀਨੇ ਤਾਂ ਇਸ ਦਾ ਜਿਹੜਾ ਸਹੀ ਆਨਸਰ ਹੈ ਜੀ ਆਪਸ਼ਨ ਸੀ ਹੈ 6 ਮਹੀਨੇ ਦੇ ਵਿੱਚ ਪਹਿਲਾ ਦੰਦ ਹੈ ਜਿਹੜਾ ਬੱਚੇ ਦਾ ਉਹ ਨਿਕਲ ਆਉਂਦਾ ਜੀ ਔਰ ਉਸ ਤੋਂ ਬਾਅਦ ਜਿਹੜਾ ਹੈ 1 ਸਾਲ ਦੀ ਉਮਰ ਤੱਕ ਜਿਹੜੇ 4 ਦੰਦ ਨਿਕਲਦੇ ਨੇ ਜੀ ਔਰ ਇਸ ਕਾਲ ਦੇ ਜਿਹੜਾ ਸ਼ਿਸ਼ੂ ਕਾਲ ਹੈ 0 ਤੋਂ ਲੈ ਕੇ 5 ਸਾਲ ਦਾ ਜਾਂ ਕਈਆਂ ਨੇ ਇਸ ਨੂੰ 6 ਸਾਲ ਦਾ ਵੀ ਮੰਨਿਆ ਜੀ ਕਨਫਿਊਜ਼ਨ ਹੈ ਬਟ ਸਹੀ ਜਿਹੜਾ ਆਪਾਂ ਡਿਸਕਸ ਕਰ ਚੁੱਕੇ ਹਾਂ ਤਕਰੀਬਨ ਤਕਰੀਬਨ ਉਹੀ ਮੰਨਿਆ ਜਾਂਦਾ ਤਾਂ ਸ਼ਿਸ਼ੂ ਕਾਲ ਦੇ ਅੰਤ ਤੱਕ ਜਿਹੜੇ ਨੇ 16 ਤੱਕ ਜਿਹੜੇ ਦੰਦ ਨੇ ਉਹ ਨਿਕਲ ਆਉਂਦੇ ਨੇ ਕੁਐਸਚਨ ਨੰਬਰ ਅਗੇ 8 ਹੈ ਜੀ ਕਿਸ ਸਾਲ ਤੱਕ ਬੱਚਾ ਆ ਬਾ ਪਾ ਅ ਆ ਬ ਬ ਪ ਪ ਆਦਿ ਜਿਹੜਾ ਉਚਾਰ ਲੈਂਦਾ ਜੀ ਪਹਿਲੇ ਸਾਲ ਤੱਕ ਦੂਸਰੇ ਸਾਲ ਤੱਕ ਤੀਸਰੇ ਜਾਂ ਚੌਥੇ ਸਾਲ ਤੱਕ ਤਾਂ ਇਸ ਦਾ ਸਹੀ ਆਨਸਰ ਹੈ ਜੀ অপਸ਼ਨ A ਪਹਿਲੇ ਸਾਲ ਤੱਕ ਪਹਿਲੇ ਸਾਲ ਤੱਕ ਜਿਹੜਾ ਬੱਚਾ ਇਹ ਬੋਲਣ ਲੱਗ ਜਾਂਦੇ ਜੀ ਸਾਊਂਡਸ ਔਰ ਉਸ ਤੋਂ ਬਾਅਦ ਜਿਹੜਾ ਹੈ 1.5 ਸਾਲ ਦੀ ਉਮਰ ਦੇ ਵਿੱਚ ਭਾਸ਼ਾ ਦਾ ਵਿਕਾਸ ਤੀਬਰ ਹੋ ਜਾਂਦਾ ਹੈ 2 ਜਾਂ 3 ਸਾਲ ਦੀ ਉਮਰ ਤੱਕ ਉਹ ਛੋਟੇ-ਛੋਟੇ ਵਾਕ ਬੋਲਣ ਦੀ ਜਿਹੜੀ ਚੇਸਟਾ ਉਹ ਕਰਦਾ ਹੈ ਜੀ ਔਰ ਇਹ ਜਿਹੜੇ ਵਾਕ ਬੋਲਦਾ ਵੱਡਿਆਂ ਦੇ ਕਹੇ ਹੋਏ ਵਾਕਾਂ ਦੀ ਦੁਹਰਾਈ ਹੁੰਦੀ ਹੈ ਜੀ ਨੈਕਸਟ ਹੈ ਜੀ ਆਪਣਾ ਕੁਐਸਚਨ ਨੰਬਰ 9 ਹੈ ਜੀ ਪ੍ਰੋਫੈਸਰ ਸਮਿਥ ਅਨੁਸਾਰ 1 ਸਾਲ ਦੀ ਉਮਰ ਦਾ ਬੱਚਾ ਕਿੰਨੇ ਸ਼ਬਦ ਬੋਲ ਸਕਦਾ ਹੈ অপਸ਼ਨ A ਹੈ ਜੀ 2 অপਸ਼ਨ B ਹੈ ਜੀ 3 ਸ਼ਬਦ অপਸ਼ਨ C ਹੈ ਜੀ 4 ਸ਼ਬਦ অপਸ਼ਨ ਜੀ ਆ ਜੀ ਪੰਜ ਸ਼ਬਦ ਤਾਂ ਸਹੀ ਅਨਸਰ ਹੈ ਜੀ অপਸ਼ਨ ਡੀ ਬੀ ਜੀ ਪ੍ਰੋਫੈਸਰ ਸਮਿੱਤ ਦੇ ਅਨਸਾਰ ਜਿਹੜਾ ਇੱਕ ਸਾਲ ਦਾ ਬੱਚਾ ਤਿੰਨ ਸ਼ਬਦ ਬੋਲ ਸਕਦਾ ਹੈ ਔਰ ਉਸ ਤੋਂ ਬਾਅਦ ਜਿਹੜਾ ਹੈ ਉਹਨਾਂ ਨੇ ਦੱਸਿਆ ਕਿ 2 ਸਾਲ ਦੀ ਉਮਰ ਤੱਕ 272 ਔਰ 5 ਸਾਲ ਦੀ ਉਮਰ ਤੱਕ ਜਿਹੜਾ ਬੱਚਾ 2072 ਸ਼ਬਦ ਉਹ ਬੋਲ ਸਕਦਾ ਹੈ ਸੋ ਹਲਗਲਾ ਕੁਐਸਚਨ ਆ ਸਕਦਾ ਹੈ ਕਿ 2 ਸਾਲ ਪ੍ਰੋਫੈਸਰ ਸਮਿੱਤ ਦੇ ਅਨੁਸਾਰ 2 ਸਾਲ ਦਾ ਬੱਚਾ ਕਿੰਨੇ ਸ਼ਬਦ ਬੋਲ ਸਕਦਾ ਹੈ 272 5 ਸਾਲ ਦਾ 2072 ਨੈਕਸਟ ਹੈ ਜੀ ਕੁਐਸਚਨ ਨੰਬਰ 10 ਹੈ ਜੀ ਵਾਟਸਨ ਅਨੁਸਾਰ ਕਿਹੜੇ ਤਿੰਨ ਜਜ਼ਬੇ ਸ਼ਿਸ਼ੂ ਅਵਸਥਾ ਵਿੱਚ ਵੇਖੇ ਜਾਂਦੇ ਹਨ অপਸ਼ਨ A ਹੈ ਜੀ ਪ੍ਰਸੰਤਾ, ਕ੍ਰੋਧ, ਪ੍ਰੇਮ, ਵਿਰੋਧ, ਪ੍ਰੇਮ, ਕ੍ਰੋਧ, ਡਾਰਕ ਕ੍ਰੋਧ, ਪ੍ਰੇਮ, অপਸ਼ਨ D ਹੈ ਜੀ ਕੋਈ ਨਹੀਂ ਤਾਂ ਇਸ ਦਾ ਸਹੀ ਆਨਸਰ ਹੈ ਜੀ অপਸ਼ਨ অপਸ਼ਨ C ਜੀ ਸੋ ਵਾਟਸਨ ਦੇ ਅਨੁਸਾਰ ਜਿਹੜਾ ਹੈ ਡਾਰਕ ਕ੍ਰੋਧ, ਪ੍ਰੇਮ ਜਿਹੜੇ ਨੇ ਉਹ ਜਜ਼ਬੇ ਸ਼ਿਸ਼ੂ ਅਵਸਥਾ ਦੇ ਵਿੱਚ 0 ਤੋਂ 5 ਸਾਲ ਦੀ ਜਿਹੜੀ ਅਵਸਥਾ ਉਸ ਦੇ ਵਿੱਚ ਵੇਖੇ ਜਾਂਦੇ ਨੇ ਜਾਂ ਕੁਐਸਚਨ ਇਸ ਤਰ੍ਹਾਂ ਪੁੱਛਿਆ ਜਾ ਸਕਦਾ ਹੈ ਕਿ ਕਿਸ ਮਨੋਵਿਗਿਆਨੀ ਦੇ ਅਨੁਸਾਰ ਜਿਹੜਾ ਡਾਰਕ ਰੋਥ ਤੇ ਪ੍ਰੇਮ ਜਜ਼ਬੇ ਨੇ ਉਹ ਸ਼ਿਸ਼ੂ ਅਵਸਥਾ ਵਿੱਚ ਵੇਖੇ ਜਾਂਦੇ ਨੇ ਤਾਂ ਵਾਟਸਨ ਨੇ Next ਹੈ ਜੀ ਕੁਐਸਚਨ ਨੰਬਰ 11 ਕਾਮ ਪ੍ਰਵਿਰਤੀ ਵਾਲ ਬੱਚੇ ਦਾ ਧਿਆਨ ਕਿਸ ਅਵਸਥਾ ਵਿੱਚ ਨਾ ਮਾਤਰਾ ਜਾਂ ਬਿਲਕੁਲ ਨਹੀਂ ਹੁੰਦਾ ਆਪਸ਼ਨ A ਜੀ ਬਾਲ ਅਵਸਥਾ ਆਪਸ਼ਨ B ਜੀ ਕਿਸ਼ੋਰ ਅਵਸਥਾ ਸ਼ਿਸ਼ੂ ਅਵਸਥਾ ਜਾਂ ਬਾਲਗ ਅਵਸਥਾ ਤਾਂ ਇਸ ਦਾ ਸਹੀ ਆਨਸਰ ਹੈ ਜੀ ਆਪਸ਼ਨ A ਜੀ ਸੋ ਬਾਲ ਅਵਸਥਾ ਜਿਹੜੀ 6 ਤੋਂ 12 ਸਾਲ ਦੀ ਹੈ ਜੀ ਔਰ ਇਸ ਅਵਸਥਾ ਦੇ ਵਿੱਚ ਬੱਚੇ ਦਾ ਧਿਆਨ ਜਿਹੜਾ ਕਾਮ ਪ੍ਰਵਿਰਤੀ ਦੇ ਬਜਾਏ ਜਿਹੜਾ ਜਿਹੜੀ ਉਹਦੀ એનਰਜੀ ਹੈ ਸਾਰੀ ਉਹ ਖੇਡਣ ਦੇ ਵੱਲ ਲੱਗਦੀ ਜੀ ਉਸ ਦਾ ਧਿਆਨ ਜਿਹੜਾ ਖੇਡਣ ਵੱਲ ਹੁੰਦਾ ਜੀ ਨੈਕਸਟ ਹੈ ਜੀ ਕੁਐਸਚਨ ਨੰਬਰ ਆਪਣਾ 12 ਸੰਗ੍ਰਹਿ ਕਰਨ ਦੀ ਪ੍ਰਵਿਰਤੀ ਕਿਸ ਅਵਸਥਾ ਦੀ ਵਿਸ਼ੇਸ਼ਤਾ ਹੈ ਬਾਲ ਅਵਸਥਾ ਪ੍ਰੌੜ ਅਵਸਥਾ ਕਿਸ਼ੂਰ ਅਵਸਥਾ ਜਾਂ ਸ਼ਿਸ਼ੂ ਅਵਸਥਾ ਦੀ ਸਹੀ ਅਨਸਰ ਹੈ ਜੀ অপਸ਼ਨ A ਬਾਲ ਅਵਸਥਾ ਦੇ ਵਿੱਚ ਸੰਗ੍ਰਹਿ ਕਰਨ ਦੀ ਜਿਹੜੀ ਪ੍ਰਵਿਰਤੀ ਬੱਚੇ ਦੇ ਅੰਦਰ ਹੁੰਦੀ ਹੈ ਉਹ ਅਲੱਗ-ਅਲੱਗ ਚੀਜ਼ਾਂ ਜੋ ਉਸ ਨੂੰ ਆਕਰਸ਼ਿਤ ਕਰਦੀਆਂ ਨੇ ਉਹ ਇਕੱਠੀਆਂ ਕਰਦਾ ਹੈ ਜਿਵੇਂ ਗੋਲੀਆਂ ਵਗੈਰਾ ਹੋ ਗਈਆਂ ਜਾਂ ਅਲੱਗ-ਅਲੱਗ ਕਲਰ ਦੀਆਂ ਕੋਈ ਚੀਜ਼ਾਂ ਵਸਤੂਆਂ ਹੋ ਗਈਆਂ ਸੋ ਉਹਨਾਂ ਦਾ ਸੰਗ੍ਰਹਿ ਕਰਦਾ ਉਹਨਾਂ ਦਾ ਇਕੱਠਾ ਕਰ ਨੈਕਸਟ ਹੈ ਜੀ ਕੁਐਸਚਨ ਨੰਬਰ ਆਪਣਾ 13 ਹੈ ਜੀ ਨੈਤਿਕਤਾ ਦਾ ਅਭਾਵ ਕਿਸ ਅਵਸਥਾ ਵਿੱਚ ਹੁੰਦਾ ਹੈ ਸ਼ਿਸ਼ੂ ਅਵਸਥਾ ਬਚਪਨ ਕਿਸ਼ੋਰ ਅਵਸਥਾ ਜਾਂ ਬਾਲਗ ਅਵਸਥਾ ਦੀ ਤਾਂ ਨੈਤਿਕਤਾ ਦਾ ਜਿਹੜਾ ਅਭਾਵ ਹੈ ਜਾਂ ਨੈਤਿਕਤਾ ਦਾ ਬੱਚੇ ਨੂੰ ਆਪਾਂ ਕਹਿ ਸਕਦੇ ਆ ਕਿ ਪਤਾ ਨਹੀਂ ਹੁੰਦਾ ਸ਼ਿਸ਼ੂ ਅਵਸਥਾ ਦੇ ਵਿੱਚ ਹੁੰਦੀ ਹੈ ਕਿਉਂਕਿ ਜਿਸ ਤਰ੍ਹਾਂ ਕੋਈ ਕਹਿੰਦਾ ਹੈ ਬੱਚੇ ਨੂੰ ਹੀ ਪਤਾ ਨਹੀਂ ਹੁੰਦਾ ਕਿ ਕਿਸੇ ਨੂੰ ਗਾਲ ਕੱਢਣੀ ਹੈ ਜਾਂ ਨਹੀਂ ਕੱਢਣੀ ਜਦੋਂ ਆਪਾਂ ਬੱਚੇ ਨੂੰ ਕਹਿੰਦੇ ਆ ਜ਼ੀਰੋ ਤੋਂ ਜਿਹੜਾ 5 ਸਾਲ ਦਾ ਬੱਚਾ ਸ਼ਿਸ਼ੂ ਅਵਸਥਾ ਦੇ ਵਿੱਚ ਕਿਸ ਬੰਦੇ ਨੂੰ ਐਦਾਂ ਬੋਲਦੇ ਜਾਂ ਐਦਾਂ ਬੋਲਦੇ ਉਸ ਨੂੰ ਪਤਾ ਨਹੀਂ ਹੁੰਦਾ ਕਿ ਇਹ ਨੈਤਿਕਤਾ ਦੇ ਵਿ ਤਾਂ ਉਹ ਗਾਲ ਵਗੈਰਾ ਜਿਹੜਾ ਕੱਢ ਦਿੰਦਾ ਜੀ ਸੋ ਨੈਤਿਕਤਾ ਦਾ ਜਿਹੜਾ ਭਾਵ ਹੈ ਉਹ ਸ਼ਿਸ਼ੂ ਅਵਸਥਾ ਦੇ ਵਿੱਚ ਹੁੰਦਾ ਜੀ ਨੈਕਸਟ ਹੈ ਜੀ ਕੁਐਸਚਨ ਨੰਬਰ 14 ਬਾਲ ਅਵਸਥਾ ਨੂੰ ਜੀਵਨ ਦਾ ਅਨੋਖਾ ਕਾਲ ਕਿਸ ਨੇ ਕਿਹਾ ਹੈ ਸੋ ਬਹੁਤ ਇੰਪੋਰਟੈਂਟ ਹੈ ਜੀ ਅਨੋਖਾ ਕਾਲ ਕਿਹਾ ਜੀ ਆਪਸ਼ਨ ਸੀ ਕੋਲ ਤੇ ਬਰੂਸ ਨੇ ਨੈਕਸਟ ਹੈ ਜੀ ਕੁਐਸਚਨ ਨੰਬਰ 15 ਜਨਮ ਦੇ ਸਮੇਂ ਅਤੇ ਥੋੜਾ ਸਮਾਂ ਬਾਅਦ ਤੱਕ ਸ਼ਿਸ਼ੂ ਦਾ ਸਮਾਜਿਕ ਵਿਵਹਾਰ ਹੁੰਦਾ ਹੈ ਕੇਵਲ ਆਪਣੀ ਮਾਂ ਨਾਲ ਮਾਤਾ ਪਿਤਾ ਦੇ ਨਾਲ ਪਰਿਵਾਰ ਦੇ ਵੱਡੇ ਮੈਂਬਰਾਂ ਨਾਲ ਇਹ ਆਪਸ਼ਨ ਡੀ ਹੈ ਜੀ ਕਿਸੇ ਨਾਲ ਵੀ ਨਹੀਂ ਤਾਂ ਸਹੀ ਆਨਸਰ ਹੈ ਜੀ ਆਪਸ਼ਨ ਡੀ ਸੋ ਜਨਮ ਤੋਂ ਜਨਮ ਸਮੇਂ ਜਾਂ ਉਸਦੇ ਥੋੜੇ ਸਮੇਂ ਦੇ ਅੰਦਰ ਬੱਚੇ ਦਾ ਕਿਸੇ ਦੇ ਨਾਲ ਵੀ ਸਮਾਜਿਕ ਜਿਹੜਾ ਸਮਾਜਿਕ ਤੌਰ ਤੇ ਬੱਚਾ ਜੁੜਦਾ ਨਹੀਂ ਕਿਸੇ ਦੇ ਨਾਲ ਵੀ ਸਮਾਜਿਕ ਵਿਵਹਾਰ ਉਸਦਾ ਨਹੀਂ ਹੁੰਦਾ ਜੋ ਵੀ ਉਸ ਨੂੰ ਉਠਾ ਲੈਂਦਾ ਹੈ ਬੱਚਾ ਜਿਹੜਾ ਬਿਲਕੁਲ ਵੀ ਕਿਸੇ ਤਰ੍ਹਾਂ ਦਾ ਕੋਈ ਉਪਰਾਪਣ ਜਾਂ ਰੋਂਦਾ ਵਗੈਰਾ ਨਹੀਂ ਬਟ ਹੌਲੀ-ਹੌਲੀ ਉਸਦਾ ਜਿਹੜਾ ਸਮਾਜਿਕ ਦੈਰਾ ਉਹ ਵਧਦਾ ਹੈ ਬੱਚਾ ਮਾਂ ਨਾਲ ਜੁੜਦਾ ਹੈ ਪਰਿਵਾਰਕ ਮੈਂਬਰਾਂ ਨਾਲ ਹੋਰ ਹੋਰ ਸਮਾਜ ਦੇ ਨਾਲ ਜੁੜਦਾ ਸਟਾਰਟਿੰਗ ਦੇ ਵਿੱਚ ਆਪਾਂ ਜਾਂਦੇ ਬੱਚੇ ਨੂੰ ਕੋਈ ਵੀ ਚੁੱਕਲੇ ਉਠਾ ਲੈ ਤਾਂ ਕਿਸੇ ਦੇ ਨਾਲ ਵੀ ਉਸਦਾ ਜਿਹੜਾ ਸਮਾਜਿਕ ਵਿਵਹਾਰ ਨਹੀਂ ਹੁੰਦਾ ਨੈਕਸਟ ਹੈ ਜੀ ਕੁਐਸਚਨ ਨੰਬਰ ਆਪਣਾ 16 ਹੈ ਜੀ ਕਿਸ ਅਵਸਥਾ ਵਿੱਚ ਬੱਚੇ ਦਾ ਭਾਈਚਾਰਕ ਵਿਵਹਾਰ ਸਵੈ ਕੇਂਦਰਿਤ ਸੋ ਆਪਣੇ ਆਪ ਤੇ ਕੇਂਦਰਿਤ ਹੁੰਦਾ ਹੈ ਜੀ ਆਪਸ਼ਨ ਏ ਹੈ ਜੀ 0 ਤੋਂ 5 ਸਾਲ ਜਿਹਨੂੰ ਆਪਾਂ ਸ਼ਿਸ਼ੂ ਅਵਸਥਾ ਕਹਿੰਨੇ ਆ 5 ਤੋਂ 12 ਸਾਲ ਜਿਹਨੂੰ ਬਚਪਨ ਜਾਂ ਬਾਲ ਅਵਸਥਾ ਕਿਹਾ ਜਾਂਦਾ ਹੈ ਜੀ 12 ਤੋਂ 17 ਸਾਲ ਜਾਂ 19 ਸਾਲ ਜਾਂ ਆਪਸ਼ਨ ਡੀ ਹੈ ਜੀ ਕੋਈ ਨਹੀਂ ਤਸਦਾ ਸਹੀ ਆਨਸਰ ਹੈ ਜੀ অপਸ਼ਨ ਏ ਜੀ ਸੋ ਬੱਚਾ ਜਿਹੜਾ ਹੈ 0 ਤੋਂ 5 ਸਾਲ ਦਾ ਸ਼ਿਸ਼ੂ ਅਵਸਥਾ ਦੇ ਵਿੱਚ ਜਿਹੜਾ ਬੱਚਾ ਹੈ ਉਸਦਾ ਭਾਈਚਾਰਕ ਵਿਵਹਾਰ ਜਿਹੜਾ ਸਵੈ ਕੇਂਦਰਿਤ ਹੁੰਦਾ ਹੈ ਉਸ ਦੀਆਂ ਜਿਹੜੀਆਂ ਕਿਰਿਆਵਾਂ ਨੇ ਤੇ ਰੁਚੀਆਂ ਨੇ ਉਹ ਆਪਣੇ ਦੁਆਲੇ ਹੀ ਘੁੰਮਦੀਆਂ ਨੇ ਸੈਲਫ ਸੈਂਟਰਡ ਹੁੰਦਾ ਜੀ ਚਾਈਲਡ ਬੱਚਾ ਜਿਹੜਾ ਉਹ ਸ਼ਿਸ਼ੂ ਅਵਸਥਾ ਦੇ ਵਿੱਚ ਹੁੰਦਾ ਨੈਕਸਟ ਹੈ ਜੀ ਇਹ ਵੀ ਪੁੱਛਿਆ ਜਾ ਸਕਦਾ ਕਿ ਭਾਈਚਾਰਕ ਵਿਹਾਰ ਦੀ ਅਨਹੋਦ ਕਿਸ ਕਾਲ ਦੇ ਵਿੱਚ ਹੁੰਦੀ ਹੈ ਤੋਂ ਵੀ ਸ਼ਿਸ਼ੂ ਬਸਤਾ ਦੇ ਵਿੱਚ ਭਾਈਚਾਰਕ ਜਿਹੜਾ ਭਾਈਚਾਰਕ ਵਿਹਾਰ ਦੀ ਅਨਹੋਦ ਹੁੰਦੀ ਹੈ ਕੁਐਸਚਨ ਨੰਬਰ 17 ਜੀ ਕਿਸ ਸਾਲ ਵਿੱਚ ਬੱਚੇ ਦੀ ਪੱਕੀ ਮਿੱਤਰਤਾ ਹੁੰਦੀ ਹੈ 4 ਸਾਲ 5 ਸਾਲ 6 ਸਾਲ ਜਾਂ 8 ਸਾਲ ਤਾਂ ਸਹੀ ਆਨਸਰ ਹੈ ਜੀ অপਸ਼ਨ ਬੀ ਜੀ 5 ਸਾਲ ਦੇ ਵਿੱਚ ਜਾ ਕੇ ਜਿਹੜਾ ਬੱਚੇ ਦੀ ਮਿੱਤਰਤਾ ਉਹ ਪੱਕੀ ਮਿੱਤਰਤਾ ਦੇ ਵਿੱਚ ਉਸਦੇ ਇੱਕ ਦੋ ਪੱਕੇ ਜਿਹੜੇ ਮਿੱਤਰ ਹੁੰਦੇ ਨੇ ਉਸ ਤੋਂ ਪਹਿਲਾਂ ਜਿਹੜੇ ਉਹਦੇ ਮਿੱਤਰ ਹੁੰਦੇ ਨੇ ਉਹ ਟੈਂਪਰੇਰੀ ਹੁੰਦੇ ਨੇ ਜੀ ਕੁਝ ਸਮੇਂ ਲਈ ਹੁੰਦੇ ਨੇ ਕਵੈਸਚਨ ਨੰਬਰ 18 ਜੀ ਟਵਾਈ ਏਜ ਕਿਹਾ ਜਾਂਦਾ ਹੈ অপਸ਼ਨ ਏ ਜੀ ਪੂਰਵ ਬਚਪਨ ਕਿਸ਼ੋਰ ਅਵਸਥਾ ਪ੍ਰੌੜ ਅਵਸਥਾ ਜਾਂ ਉੱਤਰ ਬਾਲ ਅਵਸਥਾ ਜੀ ਸਹੀ ਆਨਸਰ ਹੈ ਜੀ অপਸ਼ਨ ਏ ਪੂਰਵ ਬਚਪਨ ਜੋ 3 ਤੋਂ 6 ਸਾਲ ਦਾ ਮੰਨਿਆ ਜਾਂਦਾ ਹੈ ਜੀ ਸੋ ਪੂਰਵ ਬਚਪਨ ਨੂੰ ਜਿਹੜਾ ਹੈ ਟਵਾਈ ਏਜ ਕਿਹਾ ਜਾਂਦਾ ਕਿਉਂਕਿ ਬੱਚੇ ਦਾ ਇਸ ਏਜ ਦੇ ਵਿੱਚ ਮੋਹ ਜਿਹੜਾ ਹੈ ਉਹ ਖਡਾਉਣਿਆਂ ਦੇ ਨਾਲ ਜ਼ਿਆਦਾ ਹੁੰਦਾ ਜੀ ਨੈਕਸਟ ਹੈ ਜੀ ਕਵੈਸਚਨ ਨੰਬਰ 19 ਬੱਚਿਆਂ ਦੇ ਮੁਕਾਬਲੇ ਦੀ ਰੁਚੀ ਕਿਸ ਉਮਰ ਵਿੱਚ ਵਿਕਸਿਤ ਹੁੰਦੀ ਹੈ 5 ਸਾਲ 6 ਸਾਲ 8 ਸਾਲ ਜਾਂ 7 ਸਾਲ ਦੇ ਵਿੱਚ ਤਾਂ ਇਸ ਦਾ ਸਹੀ ਆਨਸਰ ਹੈ ਜੀ অপਸ਼ਨ ਬੀ ਹੈ ਜੀ ਸੋ 6 ਸਾਲ ਦੀ ਉਮਰ ਦੇ ਵਿੱਚ ਜਿਹੜੀ ਬੱਚੇ ਦੇ ਵਿੱਚ ਮੁਕਾਬਲੇ ਦੀ ਰੁਚੀ ਵਿਕਸਿਤ ਹੁੰਦੀ ਹੈ ਕੁਐਸਚਨ ਨੰਬਰ 20 ਹੈ ਜੀ ਕਿਸ ਕਾਲ ਵਿੱਚ ਬੱਚੇ ਦੇ ਦੁੱਧੇ ਦੰਦ ਡਿੱਗ ਜਾਂਦੇ ਹਨ ਸ਼ਿਸ਼ੂ ਕਾਲ ਬਚਪਨ ਕਿਸ਼ੋਰ ਅਵਸਥਾ ਜਾਂ ਬਾਲਗ ਅਵਸਥਾ ਜੀ ਤਾਂ ਇਸ ਦਾ ਸਹੀ ਆਨਸਰ ਹੈ ਜੀ অপਸ਼ਨ ਬੀ ਹੈ ਜੀ ਬਚਪਨ ਜੋ 5 ਤੋਂ 12 ਜਾਂ 6 ਤੋਂ 12 ਸਾਲ ਦਾ ਮੰਨਿਆ ਜਾਂਦਾ ਹੈ ਉਸ ਦੇ ਵਿੱਚ ਬੱਚੇ ਦੇ ਜਿਹੜੇ ਦੁੱਧੇ ਦੰਦ ਹੁੰਦੇ ਨੇ ਜਿਨ੍ਹਾਂ ਦੀ ਗਿਣਤੀ ਕਿ 20 ਹੁੰਦੀ ਹੈ ਉਹ ਡਿੱਗ ਜਾਂਦੇ ਨੇ ਜੇਕਰ ਪੱਕੇ ਦੰਦਾਂ ਦੀ ਗਿਣਤੀ ਦੀ ਗੱਲ ਕਰੀਏ ਤਾਂ 32 ਹੁੰਦੇ ਨੇ ਜੀ ਜੋ ਅਖੀਰ ਤੱਕ ਆਪਣੇ ਨਾਲ ਰਹਿੰਦੇ ਨੇ ਜੀ ਸੋ ਦੁੱਧੇ ਦੰਦ ਗਿਣਤੀ ਦੇ ਵਿੱਚ 20 ਹੁੰਦੇ ਨੇ ਔਰ ਬਚਪਨ ਦੇ ਵਿੱਚ ਜਿਹੜੀ 5 ਤੋਂ 12 ਸਾਲ ਦੀ ਉਮਰ ਦੇ ਉਸ ਦੇ ਵਿੱਚ ਡਿੱਗ ਪੈਂਦੇ ਨੇ ਕੁਐਸਚਨ ਨੰਬਰ ਕਿਹ ਕੀ ਹੈ ਜੀ ਕਿਸ ਉਮਰ ਵਿੱਚ ਲਿੰਗ ਅੰਤਰ ਕਾਫੀ ਉਭਰ ਆਉਂਦੇ ਹਨ ਅਤੇ ਲੜਕੇ ਲੜਕੀਆਂ ਵੱਖ-ਵੱਖ ਟੋਲੀਆਂ ਵਿੱਚ ਰਹਿੰਦੇ ਹਨ 6 ਤੋਂ 8 7 ਤੋਂ 8 ਜਾਂ 8 ਤੋਂ 10 ਜਾਂ 10 ਤੋਂ 12 ਤਾਂ ਸਹੀ ਆਨਸਰ ਹੈ ਜੀ অপਸ਼ਨ ਸੀ 8 ਜਾਂ 12 ਸਾਲ ਦੀ ਉਮਰ ਦੇ ਵਿੱਚ ਜਿਹੜੇ ਬੱਚੇ ਨੇ ਉਹ ਅਲੱਗ-ਅਲੱਗ ਟੋਲੀਆਂ ਦੇ ਵਿੱਚ ਜਿਹੜਾ ਹੈ ਰੈਂਦੇ ਨੇ ਔਰ ਲਿੰਗ ਅੰਤਰ ਜਿਹੜੇ ਕਾਫੀ ਉੱਭਰ ਆਉਂਦੇ ਨੇ। ਕੁਐਸਚਨ ਨੰਬਰ ਕਿਹਾ ਜੀ 22। ਸ਼ਿਸ਼ੂ ਅਵਸਥਾ ਸਿੱਖਣ ਦਾ ਆਦਰਸ਼ ਕਾਲ ਹੈ ਕਥਨ ਕਿਸ ਦਾ ਹੈ? ਗਸੀਲ, ਆਪਸ਼ਨ B ਹੈ ਜੀ ਵੈਲੈਂਟਾਈਨ, ਆਪਸ਼ਨ C ਹੈ ਜੀ ਕਰੋ ਐਂਡ ਕਰੋ, ਆਪਸ਼ਨ D ਹੈ ਜੀ ਕੋਈ ਨਹੀਂ। ਤਾਂ ਇਸ ਦਾ ਜਿਹੜਾ ਸਹੀ ਆਨਸਰ ਹੈ ਜੀ ਆਪਸ਼ਨ B ਹੈ। ਵੈਲੈਂਟਾਈਨ ਨੇ ਜਿਹੜਾ ਹੈ ਕਿਸ਼ੋਰ ਅਵਸਥਾ ਨੂੰ ਸਿੱਖਣ ਦੀ ਆਦਰਸ਼ ਅਵਸਥਾ ਕਿਹੜੀ ਕੁਐਸਚਨ ਨੰਬਰ ਕਿ 23 ਹੈ ਜੀ ਸਮੂਹ ਬਣਾਉਣ ਦੀ ਪ੍ਰਵਿਰਤੀ ਕਿਸ ਅਵਸਥਾ ਵਿੱਚ ਹੁੰਦੀ ਹੈ ਸ਼ਿਸ਼ੂ ਅਵਸਥਾ ਬਚਪਨ ਜਾਂ ਬਾਲ ਅਵਸਥਾ ਆਪਸ਼ਨ ਸੀ ਹੈ ਜੀ ਕਿਸ਼ੋਰ ਅਵਸਥਾ ਆਪਸ਼ਨ ਡੀ ਹੈ ਜੀ ਕੋਈ ਨਹੀਂ ਤਾਂ ਸਹੀ ਅਨਸਰ ਹੈ ਜੀ ਆਪਸ਼ਨ ਬੀ ਹੈ ਜੀ ਬਚਪਨ ਜਾਂ ਬਾਲ ਅਵਸਥਾ ਜਿਹੜੀ ਆਪਾਂ ਗੱਲ ਕਰ ਚੁੱਕੇ ਹਾਂ ਜੀ 5 ਤੋਂ 12 ਜਾਂ 6 ਤੋਂ 12 ਸਾਲ ਦੀ ਹੁੰਦੀ ਉਸ ਦੇ ਵਿੱਚ ਬੱਚੇ ਜਿਹੜੇ ਨੇ ਟੋਲੀਆਂ ਬਣਾ ਕੇ ਰਹਿਣਾ ਸ਼ੁਰੂ ਕਰ ਦਿੰਦੇ ਆ ਖੇਡਣ ਦੀ ਉਮਰ ਕਿਹਾ ਜਾਂਦਾ ਹੈ ਸੋ ਸੂ ਇਸ ਦੇ ਨਾਲ ਰਿਲੇਟਡ ਆ ਇਹ ਵੀ ਕੁਐਸਚਨ ਪੁੱਛਿਆ ਜਾ ਗਾ ਗੈਂਗ ਏਜ ਕਿਸ ਨੂੰ ਕਿਹਾ ਜਾਂਦਾ ਤਾਂ ਗੈਂਗ ਏਜ ਵੀ ਇਹੀ ਹੁੰਦੀ ਹੈ ਜੀ ਸੋ ਸਮੂਹ ਬਣਾਉਣਾ ਜਾਂ ਗੈਂਗ ਬਣਾਉਣਾ ਆਪਣੇ ਜਿਹੜਾ ਹਮ ਉਮਰ ਦੇ ਬੱਚਿਆਂ ਦਾ ਸੋ ਉਸ ਨੂੰ ਹੀ ਸਮੂਹ ਬਣਾਉਣ ਦੀ ਪ੍ਰਵਿਰਤੀ ਜਾਂ ਗੈਂਗ ਏਜ ਜਿਹੜਾ ਹੈ ਸੇਮ ਕੁਐਸਚਨ ਹੈ ਜੀ ਬਚਪਨ ਜਾਂ ਬਾਲਗ ਵਿਸਥਾ ਨੂੰ ਗੈਂਗ ਏਜ ਵੀ ਕਿਹਾ ਜਾਂਦਾ ਖੇਡਣ ਦੀ ਉਮਰ ਕਿਹਾ ਜਾਂਦਾ ਹੈ ਸ਼ਿਸ਼ੂ ਅਵਸਥਾ ਬਾਲ ਅਵਸਥਾ ਬਚਪਨ ਜਾਂ ਕਿਸ਼ੋਰ ਅਵਸਥਾ ਤਾਂ ਸਹੀ ਆਨਸਰ ਹੈ ਜੀ অপਸ਼ਨ ਬੀ ਬਾਲ ਅਵਸਥਾ ਨੂੰ ਜਿਹੜਾ ਹੈ ਖੇਡਣ ਦੀ ਉਮਰ ਜੋ ਬਚਪਨ ਨੂੰ ਜਿਹੜਾ ਖੇਡਣ ਦੀ ਉਮਰ ਕਿਹਾ ਜਾਂਦਾ ਕਿਉਂਕਿ ਇਸ ਦੇ ਵਿੱਚ ਜਿਹੜਾ ਹੈ ਬੱਚੇ ਖੇਡਣ ਵੱਲ ਜਿਆਦਾ ਰੁਚੀ ਵਿਖਾਉਂਦੇ ਕੁਐਸਚਨ ਨੰਬਰ ਹੈ ਗਿਆ ਜੀ 25 ਕਿਸ ਨੇ ਕਿਸ਼ੋਰ ਅਵਸਥਾ ਨੂੰ ਸਖਤ ਦਬਾਅ ਜਦੋਂ ਜੈ ਤੇ ਤੂਫਾਨ ਦੀ ਅਵਸਥਾ ਕਿਹਾ ਬਹੁਤ ਇੰਪੋਰਟੈਂਟ ਕੁਐਸਚਨ ਹੈ ਜੀ ਤਾਂ ਇਸ ਦਾ ਸਹੀ ਆਨਸਰ ਹੈ ਜੀ অপਸ਼ਨ ਸੀ ਹੈ ਜੀ ਕਿਉਂਕਿ ਇਸ ਸਮੇਂ ਦੇ ਦੌਰਾਨ ਬਹੁਤ ਸਾਰੇ ਜਿਹੜਾ ਹੈ ਬੱਚੇ ਦੇ ਅੰਦਰ ਇਮੋਸ਼ਨਲ ਸਮਾਜਿਕ ਚੇਂजेस ਜਿਹੜੀਆਂ ਆਉਂਦੀਆਂ ਨੇ ਔਰ ਸਰੀਰਕ ਚੇਂਜਸ ਵੀ ਬਹੁਤ ਜ਼ਿਆਦਾ ਆਉਂਦੀਆਂ ਨੇ ਇਸ ਕਰਕੇ ਇਸ ਅਵਸਥਾ ਨੂੰ ਜਿਹੜਾ ਹੈ ਤੂਫਾਨ ਦੀ ਅਵਸਥਾ ਦਬਾਅ ਦੀ ਅਵਸਥਾ ਤੇ ਜਦੋਜਹਿਦ ਦੀ ਅਵਸਥਾ ਕਿਹਾ ਜਾਂਦਾ ਹੈ ਨੈਕਸਟ ਹੈ ਜੀ ਕੁਐਸਚਨ ਨੰਬਰ ਆਪਣਾ 26 ਹੈ ਜੀ ਕਿਸ ਅਵਸਥਾ ਵਿੱਚ ਦੂਜਿਆਂ ਨਾਲ ਸੰਵੇਗ ਵਧਾਉਣ ਦੀ ਯੋਗਤਾ ਦਾ ਵਿਕਾਸ ਹੁੰਦਾ ਹੈ ਕਿਸ਼ੋਰ ਅਵਸਥਾ ਬਾਲ ਅਵਸਥਾ ਪ੍ਰੌੜ ਅਵਸਥਾ ਜਾਂ ਬਾਲਗ ਅਵਸਥਾ ਜੀ ਸਹੀ ਅਨਸਰ ਹੈ ਜੀ ਆਪਸ਼ਨ ਏ ਜੀ ਕਿਸ਼ੋਰ ਅਵਸਥਾ ਦੇ ਵਿੱਚ ਜਿਹੜਾ ਹੈ ਵਿਅਕਤੀ ਦੂਜਿਆਂ ਦੇ ਨਾਲ ਇਮੋਸ਼ਨ ਜਿਹੜਾ ਹੈ ਵੰਡਾ ਸਕਦਾ ਹੈ ਜੀ ਉਸ ਦੇ ਅੰਦਰ ਇਹ ਯੋਗਤਾ ਆ ਜਾਂਦੀ ਹੈ। ਕੁਐਸਚਨ ਨੰਬਰ 27 ਹੈ ਜੀ ਕਿਸ਼ੋਰ ਅਤੇ ਕਿਸ਼ੋਰੀਆਂ ਦੀ ਆਵਾਜ਼ ਵਿੱਚ ਜੋ ਅੰਤਰ ਹੁੰਦਾ ਹੈ ਉਹ ਕਿਸ ਕਾਰਨ ਹੁੰਦਾ ਹੈ ਜੀ thyroid ਗ੍ਰੰਥੀ ਵਧਨ ਨਾਲ pituitary ਗ੍ਰੰਥੀ ਦੇ ਪ੍ਰਭਾਵ ਨਾਲ adrenal ਗ੍ਰੰਥੀ ਦੇ ਪ੍ਰਭਾਵ ਨਾਲ ਜਾਂ অপਸ਼ਨ D ਹੈ ਜੀ ਇਹਨਾਂ ਵਿੱਚੋਂ ਕੋਈ ਨਹੀਂ ਤਾਂ ਸਹੀ ਆਨਸਰ ਹੈ ਜੀ অপਸ਼ਨ A ਸੋ ਕਿਸ਼ੋਰ ਤੇ ਕਿਸ਼ੋਰੀਆਂ ਦੀ ਆਵਾਜ਼ ਦੇ ਵਿੱਚ ਜਿਹੜਾ ਕਿਸ਼ੋਰਾਂ ਦੀ ਆਵਾਜ਼ ਜਿਹੜੀ ਹੈ ਲੜਕੀਆਂ ਦੀ ਆਪਾਂ ਕਹਿ ਸਕਦੇ ਹਾਂ ਜਿਹੜੇ ਹੁੰਦੇ ਨੇ ਕਿਸ਼ੋਰ ਉਨ੍ਹਾਂ ਦੀ ਆਵਾਜ਼ ਥੋੜੀ ਭਾਰੀ ਹੋਰ ਲੜਕੀਆਂ ਦੀ ਆਵਾਜ਼ ਥੋੜੀ ਪਤਲੀ ਹੁੰਦੀ ਹੈ ਜੀ ਉਸ ਦਾ ਕਾਰਨ ਹੁੰਦਾ ਜੀ ਗ੍ਰੰਥੀ ਥਾਇਰੋਇਡ ਗ੍ਰੰਥੀ ਵਦਨ ਨੈਕਸਟ ਹੈ ਜੀ ਕੁਐਸਚਨ ਨੰਬਰ 28 ਹੈ ਜੀ ਕਿੰਨੇ ਸਾਲ ਦੀ ਉਮਰ ਵੇਲੇ ਬੱਚਾ ਛੋਟੇ ਛੋਟੇ ਵਾਕ ਬੋਲਣ ਦੀ ਕੋਸ਼ਿਸ਼ ਕਰਦਾ ਹੈ ਸੋ ਡਿਸਕਸ ਕਰ ਚੁੱਕੇ ਹਾਂ ਜੀ ਪਹਿਲਾਂ ਹੀ ਸੁਮਿਤ ਦੇ ਅਨੁਸਾਰ ਜਿਹੜਾ ਹੈ ਆਪਸ਼ਨ A ਹੈ ਜੀ 2 ਜਾਂ 3 ਸਾਲ ਦੀ ਉਮਰ ਦੇ ਦਰਮਿਆਨ ਜਿਹੜਾ ਬੱਚਾ ਛੋਟੇ ਛੋਟੇ ਵਾਕ ਬੋਲਣ ਦੀ ਕੋਸ਼ਿਸ਼ ਕਰਦਾ ਹੈ ਜੀ ਜੋ ਵੱਡਿਆਂ ਦੀ ਨਕਲ ਹੁੰਦੇ ਨੇ ਕਵੈਸਚਨ ਨੰਬਰ 29 ਇਜ਼ ਨਾਇਕ ਪੂਜਾ ਕਿਸ ਅਵਸਥਾ ਦੀ ਵਿਸ਼ੇਸ਼ਤਾ ਹੈ ਸ਼ਿਸ਼ੂ ਕਾਲ ਬਾਲਗ ਅਵਸਥਾ ਜਾਂ ਕਿਸ਼ੋਰ ਅਵਸਥਾ ਬਹੁਤ ਇੰਪੋਰਟੈਂਟ ਕੁਐਸਚਨ ਹੈ ਤਾਂ ਇਹ ਜਿਹੜੀ ਹੈ ਕਿਸ਼ੋਰ ਅਵਸਥਾ ਦੀ ਵਿਸ਼ੇਸ਼ਤਾ ਹੈ ਜੀ ਨਾਇਕ ਪੂਜਾ ਸੋ ਇਸ ਦੇ ਵਿੱਚ ਜਿਹੜਾ ਹੈ ਕਿਸ਼ੋਰ ਆਪਣੇ ਆਦਰਸ਼ ਪੁਰਖ ਜਾਂ ਆਦਰਸ਼ ਨਾਰੀ ਦੀ ਪੂਜਾ ਕਰਦੇ ਨੇ ਉਹਨਾਂ ਨੇ ਅਨੁਕੂਲ ਬਣ ਦੀ ਕੋਸ਼ਿਸ਼ ਕਰਦੇ ਨੇ ਇਹ ਨਾਇਕ ਕੋਈ ਫਿਲਮ ਸਟਾਰ ਵੀ ਹੋ ਸਕਦਾ ਰਾਜਸੀ ਜਾਂ ਧਾਰਮਿਕ ਨੇਤਾ ਵੀ ਹੋ ਸਕਦਾ ਕੋਈ ਕਲਾਕਾਰ ਵਿਗਿਆਨੀ ਕੁਝ ਵੀ ਹੋ ਸਕਦਾ ਜਿਸ ਜਿਸ ਤਰ੍ਹਾਂ ਉਹ ਬੰਨਾ ਚਾਹੁੰਦੇ ਨੇ ਔਰ ਕਦੇ-ਕਦੇ ਨਾਇਕ ਪੂਜਾ ਜਿਹੜੀ ਪ੍ਰੇਮ ਦੇ ਵਿੱਚ ਵੀ ਬਦਲ ਜਾਂਦੀ ਹੈ ਜੀ ਕੁਐਸਚਨ ਨੰਬਰ 30 ਹੈ ਜੀ ਕਿਸ ਅਵਸਥਾ ਵਿੱਚ ਵਿਅਕਤੀ ਵਿਕਮ ਲਿੰਗ ਪ੍ਰਤੀ ਵਿਦੇਰੇ ਰੁਚੀ ਵਿਖਾਉਂਦਾ ਹੈ ਕਿਸ਼ੋਰ ਅਵਸਥਾ ਪੜਾਵ ਅਵਸਥਾ ਬਾਲਕ ਅਵਸਥਾ ਜਾਂ ਕੋਈ ਨਹੀਂ ਤੇ ਇਸ ਦਾ ਸਹੀ ਅਨਸਰ ਹੈ ਜੀ ਆਪਸ਼ਨ ਏ ਹੈ ਜੀ ਕਿਸ਼ੋਰ ਅਵਸਥਾ ਦੇ ਵਿੱਚ ਜਿਹੜਾ ਵਿਕਮ ਲਿੰਗ ਦੇ ਪ੍ਰਤੀ ਰੁਚੀ ਜਿਹੜਾ ਹੈ ਵਿਅਕਤੀ ਆਪਣੇ ਦਿਖਾਉਂਦਾ ਜੀ ਸੋ ਇਹ ਸੀ ਜੀ ਅੱਜ ਦੇ ਟੌਪਿਕ ਦੇ ਆਪਣੇ ਵਿਕਾਸ ਦਾ ਬਹੁਤ ਇੰਪੋਰਟੈਂਟ ਟੌਪਿਕ ਹੈ ਇੱਕ ਇੱਕ ਕੁਐਸਚਨ ਇੰਪੋਰਟੈਂਟ ਹੈ ਕੋਸ਼ਿਸ਼ ਕਰਾਂਗੇ ਇਸਦੇ ਨਾਲ ਰਿਲੇਟਡ ਹੋਰ ਵੀ ਕੁਝ ਕੁਐਸਚਨ ਬਣੇ ਤਾਂ ਵੀਡੀਓ ਜ਼ਰੂਰ ਅਪਲੋਡ ਕਰਾਂਗੇ ਜੀ ਨਹੀਂ ਤਾਂ ਹਰੇਕ ਟੌਪਿਕ ਦੇ 30-30 ਇੰਪੋਰਟੈਂਟ ਕੁਐਸਚਨ ਦੀ ਵੀਡੀਓ ਤੁਹਾਨੂੰ ਅੱਜ ਤੋਂ ਜੜੀਆਂ ਮਿਲਣੀਆਂ ਉਹ ਸਟਾਰਟ ਹੋ ਜਾਣਗੀਆਂ ਜੀ ਜੋ ਕਾਫੀ ਹੈਲਪਫੁਲ ਨੇ ਤੁਹਾਡੀ ਪ੍ਰੈਪਰੇਸ਼ਨ ਦੇ ਲਈ ਸੋ ਥੈਂਕ ਯੂ ਥੈਂਕ ਯੂ ਫॉर ਵਾਚਿੰਗ ਦਾ ਵੀਡੀਓ ਪਲੀਜ਼ ਆਉਣ ਵਾਲੀਆਂ ਵੀਡੀਓ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ